ਅਸਗਰ ਵਜਾਹਤ ਦਾ ਲਿਖਿਆ ਨਾਵਲ ਰਾਵੀ ਵਿਰਸਾ, ਜਿਸ ਨੂੰ ਮਹਿੰਦਰ ਬੇਦੀ ਜੈਤੋ ਨੇ ਅਨੁਵਾਦ ਕੀਤਾ ਹੈ, ਦਾ ਦੂਸਰਾ ਭਾਗ। ਹੋਟਲ ਦੇ ਕਮਰੇ 'ਚ ਬੇਵਕਤ ਸੌਂ ਗਈ ਅਤੇ ਸ਼ਾਮ ਨੂੰ ਅੱਖ ਖੁੱਲ੍ਹੀ। ਅੱਜ ਅੰਮ੍ਰਿਤਸਰ 'ਚ ਪਹਿਲਾ ਦਿਨ ਬੜਾ ਸ਼ਾਨਦਾਰ ਬੀਤਿਆ। ਸ਼ਹਿਰ ਤਾਂ ਅਜੇ ਨਾਂ ਦੇ ਬਰਾਬਰ ਦੇਖ ਸਕੀ ਹਾਂ, ਹਾਂ ਆਉਂਦੇ ਜਾਂਦੇ ਆਸੇ ਪਾਸੇ ਦੇਖਣ ਦਾ ਮੌਕਾ ਮਿਲਿਆ ਅਤੇ ਜ਼ਹਿਨ 'ਚ ਸਿੱਖਾਂ ਦੀਆਂ ਪਗੜੀਆਂ ਚਿਪ ਕੇ ਰਹਿ ਗਈਆਂ। ਜਿੱਧਰ ਦੇਖੋ ਉੱਧਰ ਪਗੜੀਆਂ। ਇੱਥੇ ਲਾਹੌਰ ਵਾਂਗ ਸਲਵਾਰ ਕਮੀਜ਼ ਪਾਉਣ ਦਾ ਰਿਵਾਜ਼ ਨਹੀਂ। ਇੱਕ ਆਦਮੀ ਵੀ ਸਲਵਾਰ 'ਚ ਨਜ਼ਰ ਨਹੀਂ ਆਇਆ ਅਤੇ ਫਿਰ ਰਿਕਸ਼ੇ ਜਿਨ੍ਹਾਂ ਨੂੰ ਆਦਮੀ ਖਿੱਚਦੇ ਨੇ ਬੜੇ ਬੁਰੇ ਲੱਗੇ। ਪਹਿਲਾਂ ਪਾਕਿਸਤਾਨ 'ਚ ਵੀ ਚੱਲਦੇ ਸਨ, ਜਨਰਲ ਅਯੂਬ ਨੇ ਬੰਦ ਕਰਵਾ ਦਿੱਤੇ। ਚਲੋ ਆਰਮੀ ਵਾਲੇ ਵੀ ਕਦੇ ਕਦਾਰ ਕੋਈ ਚੰਗਾ ਕੰਮ ਕਰ ਲੈਂਦੇ ਨੇ। ਮਿਸਟਰ ਉਪਾਧਿਆਇ ਕਿਹੋ ਜਿਹੇ ਲੱਗੇ? ਸ਼ਾਇਦ ਆਪਣੀ ਜਵਾਨੀ ਦੇ ਦਿਨਾਂ 'ਚ ਚੰਗੇ ਦਿਸਦੇ ਹੋਣਗੇ। ਹਾਂ ਉਨੇ ਹੀ ਸੁਲਝੇ ਹੋਏ ਲੱਗੇ ਜਿੰਨੇ ਆਮ ਤੌਰ 'ਤੇ ਭਾਰਤੀ ਇੰਟਲੈਕਚੁਅਲ ਹੁੰਦੇ ਨੇ, ਪਰ ਪਾਕਿਸਤਾਨ ਦੇ ਵਜੂਦ ਨੂੰ ਹੀ ਗਲਤ ਮੰਨਦੇ ਨੇ, ਟੂ ਨੇਸ਼ਨ ਥਿਓਰੀ ਨੂੰ ਹੀ ਬਕਵਾਸ ਸਮਝਦੇ ਨੇ। ਮੈਂ ਅਜਿਹੇ ਲੋਕਾਂ ਨਾਲ ਲੰਡਨ 'ਚ ਖੂਬ ਮਿਲ ਚੁੱਕੀ ਹਾਂ, ਇਸ ਲਈ ਮੈਨੂੰ ਇਹ ਉਪਰਾ ਨਹੀਂ ਲੱਗਿਆ। ਅੱਜ ਤਾਂ ਗੱਲ ਆਈ ਗਈ ਹੋ ਗਈ, ਪਰ ਲੱਗਦਾ ਕਦੀ ਨਾ ਕਦੀ ਇਹ ਬਹਿਸ ਜ਼ਰੂਰ ਛਿੜੇਗੀ। ਮੈਂ ਉਹਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਪ੍ਰੋਫੈਸਰ ਰੰਧਾਵਾ ਦਿਲ ਦੇ ਸਾਫ਼, ਹੱਸਣ ਹਸਾਉਣ ਵਾਲੇ ਆਦਮੀ ਨੇ। ਉਹਨਾਂ ਨੇ ਜ਼ਿੰਦਗੀ ਦਾ ਬੁਨਿਆਦੀ ਰਾਜ਼ ਹਾਸਲ ਕਰ ਲਿਆ ਕਿ ਵੱਡੀ ਤੋਂ ਵੱਡੀ ਪ੍ਰੋਬਲਮ ਨੂੰ ਵੀ ਜੇ ਇੱਕੋ ਠਾਕੇ 'ਚ ਉਡਾਇਆ ਜਾ ਸਕੇ ਤਾਂ ਜ਼ਿੰਦਗੀ ਬੜੀ ਖੁਸ਼ਗਵਾਰ ਹੋ ਸਕਦੀ ਹੈ। ਪ੍ਰੋਫੈਸਰ ਰੰਧਾਵਾ ਸ਼ਾਇਦ ਇਹ ਵੀ ਸਮਝਦੇ ਨੇ ਕਿ ਜ਼ਿੰਦਗੀ ਅਤੇ ਉਹਦੇ ਮਸਲਿਆਂ ਨੂੰ ਬਹੁਤਾ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈ। ਉਹਨਾਂ ਲਈ ਜਾਨ ਖਪਾਉਣਾ ਕਿੱਥੋਂ ਦੀ ਅਕਲਮੰਦੀ ਹੈ। ਇਸ ਤਰ੍ਹਾਂ ਦੇ ਲੋਕ ਪਾਕਿਸਤਾਨ ਵਾਲੇ ਪੰਜਾਬ 'ਚ ਵੀ ਭਰੇ ਪਏ ਨੇ। ਲੱਗਦਾ ਇਹੋ ਇਸ ਖਿੱਤੇ ਦੀ ਖੂਬੀ ਹੈ, ਪਰ ਕੀ ਇਹਨੂੰ ਖੂਬੀ ਮੰਨਿਆ ਜਾਏ ਪਤਾ ਨਹੀਂ। ਦਰਅਸਲ ਸਵਾਲ ਕਰਨਾ ਆਸਾਨ ਹੁੰਦਾ ਹੈ ਅਤੇ ਸਵਾਲਾਂ ਦੇ ਜਵਾਬ ਮੁਸ਼ਕਿਲ ਹੋ ਜਾਂਦੇ ਨੇ। ਵਿਚਾਰੇ ਬੋਟਨੀ ਦੇ ਪ੍ਰੋਫੈਸਰ ਨੇ ਪਰ ਵਾਈਸ ਚਾਂਸਲਰ ਨੇ ਮਾਸ ਕਮਿਊਨੀਕੇਸ਼ਨ ਦਾ ਇੰਚਾਰਜ ਬਣਾ ਦਿੱਤਾ। ਇਹੋ ਵਜ੍ਹਾ ਫੈਕਲਟੀ ਬਾਹਰੋਂ ਆਉਂਦੀ ਹੈ। ਦੱਸਿਆ ਗਿਆ ਕਿ ਅਖਬਾਰਾਂ ਵਾਲੇ ਲੋਕ ਆ ਕੇ ਪੜ੍ਹਾਉਂਦੇ ਨੇ, ਵੈਸੇ ਚੰਗਾ ਹੀ ਹੈ। ਮੁੰਡੇ ਕੁੜੀਆਂ ਨਾਲ ਕੈਂਟੀਨ 'ਚ ਚਾਹ ਪੀਣਾ ਚੰਗਾ ਲੱਗਿਆ। ਸੰਘਣੇ ਰੁੱਖਾਂ ਹੇਠ ਪੱਥਰ ਦੇ ਬੈਂਚਾਂ ਉੱਤੇ ਬੈਠ ਕੇ ਗੱਲਾਂ ਕਰਨ ਦਾ ਇਹ ਫਾਇਦਾ ਹੋਇਆ ਕਿ ਸਾਰੇ ਲੋਕਾਂ ਬਾਰੇ ਕੁਛ ਨਾ ਕੁਛ ਪਤਾ ਲੱਗ ਗਿਆ। ਵੈਸੇ ਤਾਂ ਇਹ ਸਾਰੇ ਸਟੋਰੀ ਵਿੱਚ ਮਦਦ ਕਰਨ ਦਾ ਵਾਅਦਾ ਕਰ ਰਹੇ ਨੇ, ਪਰ ਦੇਖੋ ਹੁੰਦਾ ਕੀ ਹੈ। ਅਲਕਾ ਸੋਨੀ ਬੜੀ ਪਿਆਰੀ ਲੱਗੀ, ਖੂਬ ਤੇਜ਼ ਤਰਾਰ ਹੈ, ਕਾਫੀ ਗਲੜੀ ਵੀ। ਲੱਗਦਾ ਖੁੱਲ੍ਹ ਕੇ ਗੱਲ ਕਰਨ ਦੀ ਆਦੀ ਹੈ ਅਤੇ ਦਿਲ 'ਚ ਕੁਛ ਨਹੀਂ ਰੱਖਦੀ। ਉਹਦੇ ਦੋ ਭਰਾ ਲੰਡਨ 'ਚ ਰਹਿੰਦੇ ਨੇ। ਪਿਛਲੀਆਂ ਗਰਮੀਆਂ 'ਚ ਲੰਡਨ ਗਈ ਸੀ ਅਤੇ ਜ਼ਾਹਰ ਹੈ ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਲੰਡਨ 'ਚ ਪੜ੍ਹਦੀ ਰਹੀ ਹਾਂ ਤਾਂ ਉਹ ਖੁਸ਼ ਹੋ ਗਈ। ਮੈਨੂੰ ਇਹ ਵੀ ਲੱਗਿਆ ਕਿ ਉਹ ਪੜ੍ਹਾਈ 'ਚ ਚੰਗੀ ਹੈ, ਕਾਫੀ ਅਵੇਅਰ ਹੈ, ਖਾਸ ਕਰਕੇ ਪੋਲੀਟਿਕਸ ਵਿੱਚ ਕਾਫੀ ਦਿਲਚਸਪੀ ਲੈਂਦੀ ਹੈ। ਲੱਗਦਾ ਉਸ ਨਾਲ ਜਲਦੀ ਚੰਗੀ ਦੋਸਤੀ ਹੋ ਜਾਏਗੀ। ਅੱਜ ਰਾਤ ਆਪਣੇ ਘਰ ਖਾਣੇ ਲਈ ਬੁਲਾ ਰਹੀ ਸੀ, ਪਰ ਮੈਂ ਸੋਚਿਆ ਨਹੀਂ, ਇੰਨੀ ਤੇਜ਼ੀ ਨਾਲ ਅੱਗੇ ਵਧਣਾ ਠੀਕ ਨਹੀਂ। ਅਜਨਬੀ ਦੇਸ਼ ਹੈ, ਪਰਦੇਸੀ ਲੋਕ, ਅਹਿਤਿਆਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਨਵਜੋਤ ਕਾਫੀ ਸਮਾਰਟ ਹੈ, ਲੱਗਦਾ ਚੰਗਾ ਜਰਨਲਿਸਟ ਬਣਨ ਦੀ ਬੜੀ ਖਾਹਿਸ਼ ਹੈ ਉਹਦੇ ਅੰਦਰ। ਕਹਿ ਰਿਹਾ ਸੀ ਮੇਰੇ ਨਾਲ ਅਜਨਾਲਾ ਇਲਾਕੇ 'ਚ ਜਾ ਸਕਦਾ, ਮੈਂ ਉਹਨੂੰ ਕੱਲ੍ਹ ਸਵੇਰੇ ਆਉਣ ਲਈ ਕਹਿ ਦਿੱਤਾ। ਹੁਣ ਕੰਮ ਤਾਂ ਕਰਨਾ ਹੀ ਹੈ। ਇਹ ਕਿਵੇਂ ਹੋ ਸਕਦਾ ਕਿ ਸ਼ੇਰ ਅਲੀ ਅਜਨਾਲਾ ਇਲਾਕੇ ਦੇ ਕਿਸੇ ਪਿੰਡ 'ਚ ਅਸਮਾਨੋਂ ਟਪਕਿਆ ਅਤੇ ਮਰ ਗਿਆ, ਅਤੇ ਫਿਰ ਮਰ ਕਿਵੇਂ ਗਿਆ? ਕਿ ਪਾਕਿਸਤਾਨ ਤੋਂ ਇੱਥੇ ਸਿਰਫ ਮਰਨ ਖਾਤਰ ਹੀ ਆਇਆ ਸੀ, ਨਾਲੇ ਆਇਆ ਪਾਕਿਸਤਾਨ ਨੂੰ ਹੀ ਹੋਏਗਾ, ਇਹਦਾ ਇਹ ਵੀ ਤਾਂ ਪੱਕਾ ਨਹੀਂ। ਇਹ ਗੱਲ ਤਾਂ ਅੰਮ੍ਰਿਤਸਰ ਦੀ ਪੁਲਿਸ ਕਹਿ ਰਹੀ ਹੈ, ਜਿਹਦਾ ਖੁਦ ਉਹਦੇ ਕੋਲ ਕੋਈ ਪੱਕਾ ਸਬੂਤ ਨਹੀਂ। ਹੁਣ ਕੱਲ੍ਹ ਦੇਖਦੇ ਹਾਂ ਕਿ ਪਿੰਡਾਂ ਵਿੱਚੋਂ ਕੀ ਗੱਲ ਨਿਕਲਦੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦਾ ਨਕਸ਼ਾ ਖਾਸੀ ਭਾਲ ਕਰਨ ਪਿੱਛੋਂ ਵੀ ਨਹੀਂ ਮਿਲਿਆ। ਦੱਸਿਆ ਗਿਆ ਕਿ ਬਾਰਡਰ ਏਰੀਏ ਦਾ ਜ਼ਿਲ੍ਹਾ, ਇਸ ਲਈ ਨਕਸ਼ਾ ਨਹੀਂ ਛਪਦਾ। ਇਹ ਕੀ ਬੇਵਕੂਫੀ ਹੋਈ।
ਅੱਜ ਦੇ ਜ਼ਮਾਨੇ 'ਚ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਲੁਕਾ ਕੇ ਨਹੀਂ ਰੱਖਿਆ ਜਾ ਸਕਦਾ। ਸ਼ਾਮ ਨੂੰ ਹੀ ਮੈਂ ਗੂਗਲ ਅਰਥ ਖੋਲ੍ਹ ਕੇ ਅੰਮ੍ਰਿਤਸਰ ਦੇ ਬਾਰਡਰ ਏਰੀਏ ਦਾ ਪੂਰਾ ਨਕਸ਼ਾ ਡਾਊਨਲੋਡ ਕਰ ਲਿਆ। ਹੁਣ ਮੇਰੇ ਕੋਲ ਇੱਕ ਇੱਕ ਪਿੰਡ ਦਾ ਨਾਮ ਹੈ, ਰੋਡ ਮੈਪ ਵੀ ਹੈ। ਹੋ ਸਕਦਾ ਕੱਚੇ ਰਸਤੇ ਨਾ ਹੋਣ। ਨਵੀਨ ਗਿੱਲ ਨੂੰ ਪੜ੍ਹਨ 'ਚ ਕੋਈ ਖਾਸ ਦਿਲਚਸਪੀ ਨਹੀਂ, ਵੈਸੇ ਗੱਲਾਂ ਕਾਫੀ ਵੱਡੀਆਂ ਵੱਡੀਆਂ ਕਰ ਰਿਹਾ ਸੀ, ਪਰ ਪਿੰਡਾਂ ਵੱਲ ਜਾਣ ਲਈ ਬਹੁਤਾ ਤਿਆਰ ਨਹੀਂ ਸੀ ਨਜ਼ਰ ਆਇਆ, ਪਤਾ ਨਹੀਂ ਕਿਉਂ। ਹੋ ਸਕਦਾ ਇਹਦੀ ਵਜ੍ਹਾ ਕੋਈ ਹੋਰ ਹੋਵੇ। ਪ੍ਰਦੀਪ ਮਹਾਜਨ ਟਿਪੀਕਲ ਬਿਜ਼ਨਸ ਫੈਮਿਲੀ ਵਾਲਾ ਲੱਗਿਆ। ਖੂਬ ਤੌਰ ਤਰੀਕਾ ਕੀਮਤੀ ਬ੍ਰਾਂਡਡ ਕੱਪੜੇ, ਵਾਰੀ ਵਾਰੀ ਆਪਣੀ ਖੁੱਲ੍ਹੀ ਜੀਪ ਦਾ ਜ਼ਿਕਰ ਕਰ ਰਿਹਾ ਸੀ। ਪਰ ਫਿਰ ਵੀ ਲੱਗਦਾ ਉਹ ਕਾਫੀ ਹੱਦ ਤੱਕ ਮਦਦ ਕਰ ਸਕਦਾ ਹੈ, ਪਰ ਮੈਂ ਹਾਲੇ ਕਿਸੇ ਉੱਤੇ ਕੋਈ ਦਬਾਅ ਜਾਂ ਜ਼ੋਰ ਨਹੀਂ ਪਾਉਣਾ ਚਾਹੁੰਦੀ। ਇਹ ਵੀ ਪੱਕਾ ਹੈ ਕਿ ਇਹਨਾਂ ਲੋਕਾਂ ਦੀ ਮਦਦ ਦੇ ਬਿਨਾਂ ਇਹ ਸਟੋਰੀ ਹੋ ਵੀ ਨਹੀਂ ਸਕਦੀ। ਪਤਾ ਨਹੀਂ ਰਜ਼ਾਕ ਸਾਹਿਬ ਨੂੰ ਇਹ ਕੀ ਸੂਝੀ ਕਿ ਅਚਾਨਕ ਮੈਨੂੰ ਇੱਥੇ ਭੇਜ ਦਿੱਤਾ। ਪਹਿਲਾਂ ਦਿੱਲੀ 'ਚ ਜਾਵੇਦ ਨੂੰ ਕਹਿੰਦੇ, ਜਿਹੜੇ ਸਾਡੇ ਕੋਰਸਪੋਂਡੈਂਟ ਨੇ, ਜੇ ਗੱਲ ਕੁਝ ਬਣਦੀ ਨਜ਼ਰ ਆਉਂਦੀ ਤਾਂ ਕਿਸੇ ਨੂੰ ਭੇਜ ਦਿੰਦੇ। ਚਲੋ ਖੈਰ, ਐਡੀਟਰ ਇਨ ਚੀਫ ਨੇ, ਉਹਨਾਂ ਨੂੰ ਕੌਣ ਕੀ ਕਹਿ ਸਕਦਾ ਹੈ। ਅਤੇ ਫਿਰ ਮੇਰੇ ਲਈ, ਮੇਰੇ ਕੈਰੀਅਰ ਲਈ ਇਹ ਬੜੀ ਵੱਡੀ ਗੱਲ ਹੈ। ਜੇ ਸਟੋਰੀ ਹੋ ਜਾਂਦੀ ਹੈ ਤਾਂ ਸੜਨ ਵਾਲੇ ਸੜ ਕੇ ਸੁਆਹ ਹੋ ਜਾਣਗੇ। ਸੋਨੀ ਚਾਵਲਾ ਬਾਰੇ ਅਲਕਾ ਦੱਸ ਰਹੀ ਸੀ ਕਿ ਉਹ ਬੜਾ ਚੰਗਾ ਗਾਉਂਦਾ ਹੈ, ਖਾਸ ਕਰਕੇ ਸ਼ਿਵ ਬਟਾਲਵੀ ਦੇ ਗੀਤ ਤਾਂ ਗਜ਼ਬ ਦੇ ਗਾਉਂਦਾ ਹੈ। ਸ਼ਿਵ ਬਟਾਲਵੀ ਦਾ ਨਾਂ ਸੁਣ ਕੇ ਮੇਰੇ ਦਿਲ ਦੀ ਹਾਲਤ ਅਜੀਬ ਹੋਣ ਲੱਗੀ, ਪਰ ਮੈਂ ਕੁਝ ਜ਼ਾਹਿਰ ਨਹੀਂ ਹੋਣ ਦਿੱਤਾ। ਕਿਸੇ ਦਿਨ ਮੌਕਾ ਮਿਲਿਆ ਤਾਂ ਸੋਨੀ ਨੂੰ ਸੁਣਾਂਗੀ। ਰਵੀ ਅਰੋੜਾ ਨੂੰ ਵੇਖ ਕੇ ਲੱਗਦਾ ਕਿਸੇ ਅਮੀਰ ਪਿਓ ਦਾ ਪੁੱਤਰ ਹੈ, ਕੁਝ ਅਜੀਬ ਜਿਹੀ ਆਕੜ ਹੈ ਉਸ ਵਿੱਚ, ਫਿਰ ਵੀ ਚੰਗਾ ਹੀ ਹੈ। ਜਸਬੀਰ ਕੌਰ ਕਾਫੀ ਰੋਮਾਂਟਿਕ ਲੱਗਦੀ ਹੈ, ਜੋਤ ਵੱਲ ਬੜੀਆਂ ਗੁੱਝੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਨੀਤੂ ਗੁਲਾਟੀ ਅਤੇ ਸੋਨੀ ਵਿਚਕਾਰ ਸ਼ਾਇਦ ਗੂੜਾ ਰਿਸ਼ਤਾ ਹੈ। ਬੜੀ ਅਦਾ ਨਾਲ ਆਪਣੀ ਅੱਧੀ ਕਾਫੀ ਸੋਨੀ ਵੱਲ ਵਧਾ ਦਿੱਤੀ ਸੀ। ਕੁਛ ਅਜੀਬ ਜਿਹੀ ਫੀਲਿੰਗ ਕਿ ਹੁਣ ਮੈਂ ਇੱਕ ਫੋਰਨ ਕੰਟਰੀ 'ਚ ਹਾਂ। ਇਹ ਫੋਰਨ ਕੰਟਰੀ ਹੈ ਅਤੇ ਪਾਕਿਸਤਾਨ ਮੇਰਾ ਆਪਣਾ ਮੁਲਕ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇੱਥੇ ਮੈਨੂੰ ਸਭ ਕੁਝ ਨਵਾਂ ਨਵਾਂ ਲੱਗਣਾ ਚਾਹੀਦਾ। ਇਹ ਫੋਰਨ ਕੰਟਰੀ ਹੈ, ਪਰ ਅਜਿਹਾ ਤਾਂ ਹੈ ਨਹੀਂ। ਅਤੇ ਜੇ ਇੰਡੀਆ ਫੋਰਨ ਕੰਟਰੀ ਨਹੀਂ ਲੱਗਦਾ ਤਾਂ ਬੜੇ ਸੀਰੀਅਸ ਸਵਾਲ ਉੱਠ ਸਕਦੇ ਨੇ। ਉਹਨਾਂ ਸਵਾਲਾਂ ਦੇ ਜਵਾਬ ਕੌਣ ਦੇਗਾ? ਇਹ ਸਾਰੇ ਲੋਕ ਮੇਰੇ ਨਾਲ ਪੰਜਾਬੀ 'ਚ ਗੱਲਬਾਤ ਕਰਦੇ ਨੇ, ਬਿਲਕੁਲ ਲਾਹੌਰ ਵਾਲੀ ਮਾਝੀ ਪੰਜਾਬੀ ਬੋਲਦੇ ਨੇ। ਠੀਕ ਹੈ, ਦੋ ਮੁਲਕਾਂ ਦੀ ਜ਼ਬਾਨ ਇੱਕ ਹੋ ਸਕਦੀ ਹੈ, ਜਿਵੇਂ ਇੰਗਲੈਂਡ ਅਤੇ ਅਮਰੀਕਾ ਦੀ ਜ਼ਬਾਨ ਅੰਗਰੇਜ਼ੀ ਹੈ। ਜ਼ਬਾਨ ਨਾਲ ਕੀ ਫਰਕ ਪੈਂਦਾ? ਪਰ ਪਤਾ ਨਹੀਂ ਕਿਉਂ ਮੈਂ ਇੱਥੇ ਪੰਜਾਬੀ ਨਹੀਂ ਬੋਲ ਸਕਦੀ। ਮੈਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਉਰਦੂ 'ਚ ਦਿੰਦੀ ਹਾਂ, ਇਹ ਮੈਨੂੰ ਚੰਗਾ ਲੱਗਦਾ ਉਰਦੂ ਵਿੱਚ। ਦਿਨ ਦੀ ਸਭ ਤੋਂ ਵੱਡੀ ਅਚੀਵਮੈਂਟ ਇਹ ਰਹੀ ਕਿ ਕਾਫੀ ਲਿਖਾ ਪੜ੍ਹੀ ਅਤੇ ਪੁਲਿਸ ਦੇ ਅਨਪੜ੍ਹ ਅਫਸਰਾਂ ਨਾਲ ਮੱਥਾ ਕਪਾਈ ਕਰਨ ਪਿੱਛੋਂ ਮੈਨੂੰ ਸ਼ੇਰ ਅਲੀ ਦੀ ਲਾਸ਼ ਵੇਖਣ ਦਾ ਮੌਕਾ ਮਿਲ ਗਿਆ। ਮੋਰਚਰੀ 'ਚ ਮੈਂ ਉਹਦਾ ਚਿਹਰਾ ਦੇਖਿਆ, ਇੱਕ ਪੱਕੇ ਪੰਜਾਬੀ ਕਿਸਾਨ ਦਾ ਚਿਹਰਾ। ਚਿਹਰੇ 'ਤੇ ਦਾੜ੍ਹੀ, ਗੱਲਾਂ ਧੱਸੀਆਂ ਹੋਈਆਂ, ਚੌੜਾ ਜਬਾੜਾ, ਉਭਰੀਆਂ ਹੋਈਆਂ ਹੱਡੀਆਂ, ਖੜ੍ਹੀ ਨੱਕ, ਅੱਖਾਂ ਲੱਗਦਾ ਸੀ ਵੱਡੀਆਂ ਹੋਣਗੀਆਂ। ਪੱਕਾ ਰੰਗ ਜਿਹੜਾ ਪਤਾ ਨਹੀਂ ਕਿੰਨੇ ਸਾਲ ਧੁੱਪ 'ਚ ਤਪਣ, ਮੀਂਹ 'ਚ ਭਿੱਜਣ, ਠੰਡੀਆਂ ਗਰਮ ਹਵਾਵਾਂ ਦੇ ਥਪੇੜੇ ਖਾ ਖਾ ਕੇ ਗੂੜਾ ਪੱਕਾ ਹੋ ਗਿਆ ਸੀ। ਮੈਨੂੰ ਸਿਰਫ ਉਹਦਾ ਚਿਹਰਾ ਦਿਖਾਇਆ ਗਿਆ। ਮੈਂ ਚਾਹੁੰਦੀ ਸੀ ਉਹਦੀ ਉਹ ਬਾਂਹ ਵੀ ਦੇਖਾਂ ਜਿਸ ਉੱਤੇ ਉਹਦਾ ਨਾਂ ਸ਼ੇਰ ਅਲੀ ਉੱਕਰਿਆ ਹੋਇਆ ਸੀ, ਪਰ ਪੁਲਿਸ ਦੇ ਇੰਸਪੈਕਟਰ ਨੇ ਸਾਫ਼ ਮਨ੍ਹਾ ਕਰ ਦਿੱਤਾ, ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਹੋ ਚੁੱਕਿਆ, ਹੁਣ ਸਿਰਫ਼ ਚਿਹਰਾ ਦੇਖਿਆ ਜਾ ਸਕਦਾ, ਉਹਦੀ ਤਸਵੀਰ ਵੀ ਨਹੀਂ ਲੈਣ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਫਿਰ ਲਿਖ ਦਿੱਤਾ ਗਿਆ ਕਿ ਸ਼ੇਰ ਅਲੀ ਪਾਕਿਸਤਾਨੀ ਹੈ, ਉਹਦੀ ਲਾਸ਼ ਲੈ ਲਈ ਜਾਏ। ਹੁਣ ਤੱਕ ਹਾਈ ਕਮਿਸ਼ਨ ਦਾ ਜਵਾਬ ਨਹੀਂ ਆਇਆ, ਲੱਗਦਾ ਉਹੀ ਜਵਾਬ ਆਏਗਾ ਜਿਹੜਾ ਪਹਿਲਾਂ ਆਇਆ ਸੀ। ਬਸੰਤ ਇੰਟਰਕੌਂਟੀਨੈਂਟਲ ਦੀ ਲੌਬੀ 'ਚ ਜੋਤ ਠੀਕ 9 ਵਜੇ ਆ ਗਿਆ। ਸਾਇਮਾ ਸਾਹਮਣੇ ਬੈਠੀ ਟ੍ਰਿਬਿਊਨ ਦੇ ਸਫ਼ੇ ਪਰਤ ਰਹੀ ਸੀ। ਗੁੱਡ ਮਾਰਨਿੰਗ ਜੀ, ਤੁਸੀਂ ਰੈਡੀ ਹੋ? ਜੀ ਹਾਂ, ਬਿਲਕੁਲ ਰੈਡੀ ਹੋ, ਬੋਲੀ।
ਮੋਟਰਸਾਈਕਲ 'ਤੇ ਬੈਠਣ ਦਾ ਕੋਈ ਇਤਰਾਜ਼ ਤਾਂ ਮੈਂ ਗੱਡੀ ਮੰਗਵਾ ਲਈ ਇਹ, ਸਾਇਮਾ ਬੋਲੀ। ਬੜਾ ਵਧੀਆ ਕੀਤਾ ਜੀ, ਪਰ ਇੱਕ ਰੌ ਜੋਤ ਦੇ ਚਿਹਰੇ 'ਤੇ ਆ ਕੇ ਪਰਤ ਗਈ। ਤਾਂ ਮੋਟਰਸਾਈਕਲ ਮੈਂ ਇੱਥੇ ਹੀ ਖੜ੍ਹੀ ਕਰ ਦਿੰਦਾ। ਹਾਂ ਹਾਂ, ਗੱਡੀ ਜਲਦੀ ਆਬਾਦ ਇਲਾਕੇ 'ਚੋਂ ਬਾਹਰ ਆ ਗਈ। ਦੋਵੇਂ ਪਾਸੇ ਹਰਿਆਲੀ ਹੈ, ਖੇਤ ਛੋਟੇ ਛੋਟੇ ਨੇ ਪਰ ਹਰਿਆਲੀ ਹੈ। ਪਤਾ ਨਹੀਂ ਕਿਉਂ ਸਾਇਮਾ ਲਾਹੌਰ ਦੇ ਪੇਂਡੂ ਇਲਾਕੇ ਨਾਲ ਇਸ ਇਲਾਕੇ ਦੀ ਤੁਲਨਾ ਕਰਨ ਲੱਗ ਪਈ। ਟਰੈਕਟਰਾਂ ਦੀ ਆਵਾਜਾਈ ਵੀ ਇਹਨੂੰ ਜ਼ਿਆਦਾ ਲੱਗੀ। ਸੜਕ ਭੀੜੀ ਪਰ ਚੰਗੀ ਸੀ। ਇਹ ਸੜਕ ਸਿੱਧੀ ਅਜਨਾਲੇ ਤੱਕ ਜਾਂਦੀ ਹੈ, ਉੱਥੋਂ ਸਾਨੂੰ ਰਾਈਟ ਟਰਨ ਲੈਣਾ ਪਏਗਾ, ਫਿਰ ਅਸੀਂ ਉਸ ਇਲਾਕੇ 'ਚ ਪਹੁੰਚਾਂਗੇ। ਤੁਸੀਂ ਇੱਧਰ ਆ ਚੁੱਕੇ ਹੋ? ਨਹੀਂ, ਮੈਂ ਕਿਸੇ ਤੋਂ ਪੁੱਛਿਆ। ਸਾਇਮਾ ਨੇ ਨਕਸ਼ਾ ਉਹਨਾਂ ਦੇ ਸਾਹਮਣੇ ਫੈਲਾ ਦਿੱਤਾ। ਦੇਖੋ, ਪੁਲਿਸ ਦਾ ਬਿਆਨ ਹੈ ਕਿ ਸ਼ੇਰ ਅਲੀ ਦੀ ਲਾਸ਼ ਥੋਬਾ ਦੇ ਪੰਜ ਗ੍ਰਾਈ ਵਿਚਕਾਰ ਇੱਕ ਚੁਰਾਹੇ 'ਚ ਮਿਲੀ ਸੀ। ਤਾਂ ਇਹ ਨੇ ਵਿਚਕਾਰਲੇ ਪਿੰਡ ਗੱਗੋਹਲ ਅਵਾਣ ਕੋਟਲੀ, ਸਾਨੂੰ ਇੱਥੇ ਜਾਣਾ ਪਏਗਾ। ਅਜਨਾਲੇ ਦਾ ਨਕਸ਼ਾ ਵੇਖ ਕੇ ਨਵਜੋਤ ਦੀਆਂ ਅੱਖਾਂ ਫੈਲ ਗਈਆਂ। ਇਹ ਤੁਹਾਨੂੰ ਕਿੱਥੋਂ ਮਿਲਿਆ? ਉਹਨੇ ਸਾਇਮਾ ਨੂੰ ਪੁੱਛਿਆ। ਇੰਟਰਨੈਟ, ਕੱਲ੍ਹ ਪਤਾ ਲੱਗਿਆ ਸੀ ਕਿ ਭਾਰਤ ਸਰਕਾਰ ਅੰਮ੍ਰਿਤਸਰ ਦਾ ਨਕਸ਼ਾ ਨਹੀਂ ਛਾਪਦੀ। ਉਹ ਹੱਸ ਕੇ ਬੋਲੀ, ਇਹ ਤਾਂ ਬੜਾ ਡਿਟੇਲਡ ਮੈਪ ਹੈ। ਉਹ ਝੁੱਕ ਕੇ ਦੇਖਣ ਲੱਗਾ। ਗੱਡੀ ਅਜਨਾਲਾ ਪਹੁੰਚ ਗਈ। ਚੰਗਾ ਖਾਸਾ ਕਸਬਾ, ਭਰੇ ਪੂਰੇ ਬਾਜ਼ਾਰ ਅਤੇ ਸਮਾਨ ਨਾਲ ਭਰੀਆਂ ਹੋਈਆਂ ਦੁਕਾਨਾਂ ਵੇਖ ਕੇ ਕਿਹਾ ਜਾ ਸਕਦਾ ਕਿ ਇਲਾਕੇ ਦੇ ਲੋਕਾਂ 'ਚ ਪਰਚੇਜ਼ਿੰਗ ਪਾਵਰ ਹੈ। ਸਭ ਕੁਝ ਮੌਜੂਦ ਹੈ ਇੱਥੇ, ਇੰਟਰਨੈਸ਼ਨਲ ਬ੍ਰਾਂਡਿਡ ਸਮਾਨ ਵੀ ਖਰੀਦਿਆ ਜਾ ਸਕਦਾ। ਚਾਹ ਕੌਫੀ ਲਉਂਗੇ? ਜੋਤ ਨੇ ਪੁੱਛਿਆ। ਇਸ ਬਾਸਕਿਟ ਵਿੱਚ ਸਭ ਕੁਝ ਹੈ, ਕੌਫੀ ਦਾ ਫਲਾਸਕ, ਸੈਂਡਵਿਚਿਸ, ਬਿਸਕਿਟ ਅਤੇ ਥੋੜ੍ਹੀ ਜਿਹੀ ਲਾਹੌਰ ਦੀ ਮਠਿਆਈ ਵੀ। ਵਾਹ ਜੀ ਵਾਹ, ਬੜੀ ਤਿਆਰੀ ਨਾਲ ਆਏ ਹੋ। ਸਿਟੀ ਯੂਨੀਵਰਸਿਟੀ 'ਚ ਸਾਨੂੰ ਇਹ ਵੀ ਸਿਖਾਇਆ ਗਿਆ ਸੀ, ਸਾਇਮਾ ਨੇ ਹੱਸ ਕੇ ਕਿਹਾ। ਸਿਟੀ ਯੂਨੀਵਰਸਿਟੀ? ਜੋਤ ਨੇ ਪੁੱਛਿਆ। ਹਾਂ, ਲੰਡਨ ਦੀ ਸਿਟੀ ਯੂਨੀਵਰਸਿਟੀ, ਜਿੱਥੋਂ ਮੈਂ ਜਰਨਲਿਜ਼ਮ ਕੀਤਾ ਹੈ। ਸਾਡੇ ਡੀਨ ਮਿਸਟਰ ਜੌਨਸਨ ਕਹਿੰਦੇ ਸੀ, ਜਰਨਲਿਸਟ ਸਿਪਾਹੀ ਹੁੰਦਾ ਹੈ ਜਿਹੜਾ ਢਿੱਡ ਉੱਤੇ ਚੱਲਦਾ ਹੈ, ਮਤਲਬ ਢਿੱਡ ਖਾਲੀ ਹੋਵੇ ਤਾਂ ਸਿਪਾਹੀ ਰੁਕ ਜਾਏਗਾ। ਵਾਹ ਜੀ ਵਾਹ, ਇਹ ਗੱਲ ਤਾਂ ਪ੍ਰੋਫੈਸਰ ਰੰਧਾਵਾ ਨੂੰ ਦੱਸਣ ਵਾਲੀ ਹੈ, ਜੋਤ ਨੇ ਕਿਹਾ। ਸ਼ਾਇਦ ਉਹ ਜਾਣਦੇ ਨੇ, ਖਵਾਉਣ ਪਿਆਉਣ 'ਚ ਕੋਈ ਥੋੜ੍ਹ ਕਸਰ ਨਹੀਂ ਛੱਡੀ ਉਹਨਾਂ, ਸਾਇਮਾ ਨੇ ਕਿਹਾ। ਹਾਂ, ਉਸੇ ਤਰ੍ਹਾਂ ਸਟੂਡੈਂਟਸ ਦੇ ਖਾਣ ਪੀਣ ਦਾ ਖਿਆਲ ਵੀ ਰੱਖਣ, ਜੋਤ ਹੱਸਣ ਲੱਗਾ। ਦੋਵੇਂ ਪਾਸੇ ਦੁਕਾਨਾਂ ਦੇ ਵਿਚਕਾਰ ਫਸੇ ਟ੍ਰੈਫਿਕ 'ਚ ਗੱਡੀ ਦੀ ਰਫ਼ਤਾਰ ਜ਼ੀਰੋ ਹੋ ਗਈ। ਪਤਾ ਨਹੀਂ ਕਿਉਂ ਸਾਇਮਾ ਇਸ ਭੀੜ ਭੜੱਕੇ ਬੇਤਰਤੀਬੀ ਅਤੇ ਅਰਾਜਕਤਾ ਦੀ ਤੁਲਨਾ ਲੰਡਨ ਨਾਲ ਕਰਨ ਲੱਗੀ। ਅੰਗਰੇਜ਼ਾਂ ਨੇ ਸਾਡੇ ਉੱਤੇ 200 ਸਾਲ ਹਕੂਮਤ ਕੀਤੀ ਪਰ ਆਪਣੀਆਂ ਚੰਗੀਆਂ ਗੱਲਾਂ ਸਾਨੂੰ ਨਹੀਂ ਸਿਖਾਈਆਂ, ਸਾਇਮਾ ਨੇ ਭੀੜ ਵੱਲ ਦੇਖਦਿਆਂ ਹੋਇਆਂ ਜੋਤ ਨੂੰ ਕਿਹਾ। ਉਹ ਜੀ, ਅੰਗਰੇਜ਼ਾਂ ਨਾਲ ਮੇਰੀ ਸਭ ਤੋਂ ਵੱਡੀ ਨਾਰਾਜ਼ਗੀ ਤਾਂ ਇਹੋ ਹੀ ਹੈ ਵੀ ਉਹਨਾਂ ਸਾਡੇ ਮੁਲਕ ਨੂੰ ਦੋ ਟੋਟਿਆਂ 'ਚ ਵੰਡ ਦਿੱਤਾ। ਉਹਨਾਂ ਵੰਡ ਦਿੱਤਾ? ਇਹ ਤਾਂ ਸਾਡੀ ਕਾਇਦੇ ਆਜ਼ਮ ਦੀ ਮੁਸਲਿਮ ਲੀਗ ਦੀ ਡਿਮਾਂਡ ਸੀ। ਸਾਇਮਾ ਨੂੰ ਸੱਚਮੁੱਚ ਗੁੱਸਾ ਆ ਗਿਆ। ਪਰ ਇਹ ਮਤਲਬ ਕਿ ਕੋਈ ਚੰਗਾ ਨਹੀਂ ਹੋਇਆ? ਉਹ ਉਦਾਸ ਜਿਹਾ ਹੋ ਕੇ ਬੋਲਿਆ। ਬੜਾ ਚੰਗਾ ਹੋਇਆ, ਸਾਇਮਾ ਨੇ ਕਿਹਾ ਅਤੇ ਜੋਤ ਰਤਾ ਛਿੱਥਾ ਜਿਹਾ ਪੈ ਗਿਆ। ਜੋਤ ਕੋਲ ਸਾਇਮਾ ਦੇ ਸਵਾਲ ਦੇ ਕਈ ਜਵਾਬ ਹੈ ਸਨ ਪਰ ਉਹ ਚੁੱਪ ਰਿਹਾ। ਸਾਹਮਣੇ ਸੜਕ ਉੱਤੇ ਟਰੈਕਟਰ ਟਰਾਲੀਆਂ ਟਰੱਕਾਂ ਅਤੇ ਕਾਰਾਂ ਦੀ ਲੰਮੀ ਲਾਈਨ ਲੱਗੀ ਸੀ। ਇਹ ਸੜਕ ਸਿੱਧੀ ਅਟਾਰੀ ਬਾਰਡਰ ਤੱਕ ਜਾਂਦੀ ਹੈ ਅਤੇ ਹੁਣ ਤੁਸੀਂ ਜਾਣਦੇ ਹੋ ਪਾਕਿਸਤਾਨ ਨਾਲ ਬਿਜ਼ਨਸ ਖੁੱਲ੍ਹ ਗਿਆ। ਸਾਇਮਾ ਨੇ ਫਿਰ ਇੱਧਰ ਉੱਧਰ ਦੇਖਣਾ ਸ਼ੁਰੂ ਕਰ ਦਿੱਤਾ। ਗੱਡੀ ਹੁਣ ਸੜਕ ਤੋਂ ਲੱਥ ਕੇ ਇੱਕ ਪਤਲੇ ਰਸਤੇ 'ਤੇ ਆ ਗਈ ਸੀ ਜਿਹੜਾ ਇੰਨਾ ਘੱਟ ਚੌੜਾ ਸੀ ਕਿ ਦੋ ਗੱਡੀਆਂ ਮੁਸ਼ਕਲ ਨਾਲ ਇੱਕ ਦੂਜੇ ਨੂੰ ਕ੍ਰੋਸ ਕਰ ਸਕਦੀਆਂ ਸਨ। ਪਰ ਇਹ ਰਸਤਾ ਵੀ ਪੱਕਾ ਸੀ, ਬੇਹੱਦ ਵਿੰਗਾ ਟੇਢਾ ਹੋਣ ਦੇ ਬਾਵਜੂਦ ਕੱਚਾ ਨਹੀਂ ਸੀ ਅਤੇ ਇੱਧਰ ਉੱਧਰ ਇੱਕ ਇੰਚ ਜ਼ਮੀਨ ਅਜਿਹੀ ਨਹੀਂ ਸੀ ਜਿਸ ਉੱਤੇ ਹਰਿਆਲੀ ਨਾ ਹੋਵੇ। ਸਤਿ ਸ਼੍ਰੀ ਅਕਾਲ ਜੀ, ਜੋਤ ਨੇ ਇੱਕ ਆਦਮੀ ਨੂੰ ਕਿਹਾ ਜਿਹੜਾ ਸਿਰ ਉੱਤੇ ਕੁਝ ਚੁੱਕੀ ਸਾਹਮਣੇ ਆ ਰਿਹਾ ਸੀ। ਸਤਿ ਸ਼੍ਰੀ ਅਕਾਲ, ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਹਾਂਜੀ ਕਰੋ।
ਇਸ ਇਲਾਕੇ 'ਚ ਕੁਛ ਦਿਨ ਪਹਿਲਾਂ ਇੱਕ ਲਾਸ਼ ਮਿਲੀ ਸੀ, ਪੁਲਿਸ ਲੈ ਗਈ ਹੈ, ਕਹਿੰਦੇ ਨੇ ਕੋਈ ਪਾਕਿਸਤਾਨੀ ਸੀ। ਸੁਣਿਆ ਤਾਂ ਹੈ ਜੀ, ਪਰ ਜਾਣਦੇ ਨਹੀਂ। ਕੀ ਸੁਣਿਆ? ਇਹੋ ਜੀ ਕਿ ਇੱਕ ਲਾਸ਼ ਮਿਲੀ ਸੀ ਇੱਧਰ। ਕਿੱਥੇ ਮਿਲੀ ਸੀ? ਇਹ ਤਾਂ ਜੀ ਪਤਾ ਨਹੀਂ, ਕੁਛ ਤਾਂ ਸੁਣਿਆ ਹੋਏਗਾ। ਤੁਸੀਂ ਇੰਜ ਕਰੋ, ਸਰਪੰਚ ਸਾਹਿਬ ਕੋਲ ਚਲੇ ਜਾਓ, ਉਹੀ ਦੱਸਣਗੇ। ਕਿੱਥੇ ਰਹਿੰਦੇ ਨੇ ਸਰਪੰਚ ਜੀ? ਉਹ ਜੀ ਸਿੱਧੇ ਜਾਓ, ਖੱਬੇ ਹੱਥ ਨੂੰ ਮੁੜ ਜਾਣਾ, ਦੂਜਾ ਮਕਾਨ ਹੈ। ਜਿੱਥੇ ਜਿੱਥੇ ਅਸੀਂ ਗਏ ਉਹਨਾਂ ਸਾਰੇ ਪਿੰਡਾਂ 'ਚ ਸਾਡੇ ਨਾਲ ਇੰਜ ਹੀ ਹੋਇਆ। ਹਾਂ, ਇੰਨਾ ਜ਼ਰੂਰ ਸੀ ਪਿੰਡ ਦਾ ਸਰਪੰਚ ਚਾਹ ਪਿਆਉਂਦਾ ਸੀ, ਪਰ ਜਿੱਥੋਂ ਤੱਕ ਇਨਫੋਰਮੇਸ਼ਨ ਦਾ ਸਵਾਲ ਹੈ, ਕੁਝ ਨਹੀਂ ਸੀ ਮਿਲਿਆ। ਸਰਪੰਚ ਤਾਂ ਇਹ ਰਾਏ ਦਿੰਦੇ ਸੀ ਕਿ ਅਸੀਂ ਪੁਲਿਸ ਕੋਲ ਚਲੇ ਜਾਈਏ, ਉੱਥੋਂ ਸਾਨੂੰ ਪੱਕੀ ਜਾਣਕਾਰੀ ਮਿਲ ਜਾਏਗੀ। ਮੈਨੂੰ ਲੱਗਦਾ ਇਲਾਕੇ ਦੇ ਲੋਕਾਂ ਨੂੰ ਪੁਲਿਸ ਨੇ ਧਮਕਾ ਦਿੱਤਾ, ਸੋ ਉਹਨਾਂ ਦੀ ਜ਼ਬਾਨ ਬੰਦ ਹੈ, ਉਹ ਸਾਨੂੰ ਕੁਝ ਵੀ ਦੱਸਣ ਲਈ ਤਿਆਰ ਨਹੀਂ। ਸਾਰਾ ਦਿਨ ਭੌਂਦੇ ਰਹਿਣ ਪਿੱਛੋਂ ਅਸੀਂ ਇੱਕ ਜਗ੍ਹਾ ਰੁਕੇ। ਮੈਂ ਬਾਸਕਿਟ 'ਚੋਂ ਸੈਂਡਵਿਚ ਕੱਢੇ, ਜੋਤ ਨੂੰ ਦਿੱਤੇ, ਕਾਫੀ ਦਿੱਤੀ। ਅਸੀਂ ਦੋਵੇਂ ਪਰੇਸ਼ਾਨ ਸੀ ਕਿ ਪਿੰਡ ਦਾ ਕੋਈ ਵੀ ਆਦਮੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਕਿਉਂ ਨਹੀਂ ਦੇ ਰਿਹਾ। ਇਹ ਸਭ ਜਾਣਦੇ ਸੀ ਕਿ ਲਾਸ਼ ਇਸੇ ਇਲਾਕੇ 'ਚ ਮਿਲੀ ਹੈ। ਇਹ ਵੀ ਸਾਰਿਆਂ ਨੂੰ ਪਤਾ ਸੀ ਕਿ ਉਹ ਆਦਮੀ ਪਾਕਿਸਤਾਨੀ ਸੀ, ਪਰ ਇਹ ਦੱਸਣ ਲਈ ਕੋਈ ਵੀ ਤਿਆਰ ਨਹੀਂ ਕਿ ਉਹ ਮਰਨ ਤੋਂ ਪਹਿਲਾਂ ਇੱਥੇ ਦੇਖਿਆ ਗਿਆ ਸੀ ਜਾਂ ਨਹੀਂ। ਇਹ ਵੀ ਕੋਈ ਨਹੀਂ ਸੀ ਦੱਸ ਰਿਹਾ ਕਿ ਉਹ ਮਰਿਆ ਕਿਵੇਂ ਸੀ। ਅਗਲੇ ਦਿਨ ਅਸੀਂ ਦੋਵੇਂ ਕੁਝ ਹੋਰ ਪਿੰਡਾਂ 'ਚ ਗਏ, ਉੱਥੇ ਵੀ ਬਿਲਕੁਲ ਇਸੇ ਤਰ੍ਹਾਂ ਦੀਆਂ ਗੱਲਾਂ ਹੋਈਆਂ। ਬੇਸ਼ੱਕ ਇਨਫੋਰਮੇਸ਼ਨ ਸਾਰਿਆਂ ਨੂੰ ਹੈ, ਪਰ ਕੁਝ ਦੱਸਣ ਲਈ ਕੋਈ ਵੀ ਤਿਆਰ ਨਹੀਂ। ਪਿੰਡਾਂ 'ਚ ਕੱਚੇ ਮਕਾਨ ਤਾਂ ਹੁਣ ਦੇਖਣ 'ਚ ਨਹੀਂ ਆਏ, ਪਰ ਉੱਥੇ ਨਾ ਤਾਂ ਕਿਸੇ ਤਰ੍ਹਾਂ ਦੀ ਪਲਾਨਿੰਗ ਹੈ, ਨਾ ਰੱਖ ਰਖਾਅ। ਅਜੀਬ ਬੇਢੰਗੇ ਤਰੀਕੇ ਨਾਲ ਵਿਕਾਸ ਹੋਇਆ ਪਿੰਡਾਂ ਦਾ। ਭੀੜੀਆਂ ਗਲੀਆਂ, ਨਾਲੀਆਂ, ਗੰਦਗੀ, ਬੜੀ ਬੇਤਰਤੀਬੀ ਨਾਲ ਬਣੇ ਮਕਾਨ, ਜਿਨ੍ਹਾਂ ਦੀਆਂ ਲਾਲ ਅਤੇ ਨੰਗੀਆਂ ਇੱਟਾਂ ਅੱਖਾਂ ਨੂੰ ਰੜਕਦੀਆਂ ਨੇ। ਇੱਕ ਪਿੰਡ 'ਚ ਇੱਕ ਛੋਟਾ ਜਿਹਾ ਚਰਚ ਨਜ਼ਰ ਆਇਆ ਤਾਂ ਸਾਇਮਾ ਨੂੰ ਲੱਗਿਆ ਕਿ ਠੀਕ ਹੀ ਹੈ, ਅੰਮ੍ਰਿਤਸਰ ਦੇ ਚਰਚ ਦਾ ਕੁਝ ਅਸਰ ਪਿੰਡ ਤੱਕ ਆ ਗਿਆ ਹੈ। ਪਰ ਬਾਅਦ ਵਿੱਚ ਪਿੰਡੀ, ਸਈਦਾ, ਦਿਆਲ ਪੱਟੀ, ਵਸੋਹਾ ਵਿੱਚ ਲਗਾਤਾਰ ਚਰਚ ਨਜ਼ਰ ਆਉਂਦੇ ਰਹੇ ਤਾਂ ਸਾਇਮਾ ਦਾ ਪੱਤਰਕਾਰ ਦਿਮਾਗ ਨਵੀਂ ਸਟੋਰੀ ਦੀ ਭਾਲ 'ਚ ਲੱਗ ਗਿਆ ਕਿ ਇਹ ਚਰਚ ਪੁਰਾਣੇ ਹੀ ਨੇ। ਉਹਨੇ ਜੋਤ ਨੂੰ ਪੁੱਛਿਆ, ਚਲੋ ਚੱਲ ਕੇ ਪੁੱਛ ਲੈਂਦੇ। ਗੱਡੀ ਪਿੰਡ ਦੇ ਬਾਹਰ ਬਾਰ ਕੱਚੇ ਟਿੱਬੇ ਕੋਲ ਰੋਕ ਦਿੱਤੀ ਗਈ। ਦੋਵੇਂ ਉਤਰ ਕੇ ਪਿੰਡ ਵੱਲ ਤੁਰ ਪਏ। ਮਕਾਨਾਂ ਦੀਆਂ ਲਾਲ ਇੱਟਾਂ ਅਤੇ ਕੱਚੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਜੋਤ ਨੂੰ ਕਈ ਵਾਰੀ ਸਤਿ ਸ਼੍ਰੀ ਅਕਾਲ ਕਿਹਾ ਗਿਆ। ਉਹਨੇ ਜਵਾਬ ਦਿੱਤਾ, ਕਿਉਂ ਜੀ, ਇਹ ਚਰਚ ਕਦੋਂ ਦਾ ਬਣਿਆ? ਜੋਤ ਨੇ ਇੱਕ ਆਦਮੀ ਨੂੰ ਪੁੱਛਿਆ। ਇਹ ਜੀ, ਉਹ ਰਤਾ ਝਿਜ ਕੇ 8ਵਾਂ ਸਾਲ ਹੈ। ਤੁਸੀਂ ਪਿੰਡ 'ਚ ਕਦੋਂ ਦੇ ਰਹਿ ਰਹੇ ਹੋ? ਸਾਇਮਾ ਨੇ ਪੁੱਛਿਆ। ਮੇਰਾ ਤਾਂ ਜੀ ਜਨਮ ਹੀ ਇਸੇ ਪਿੰਡ ਦਾ ਹੈ, 50 ਦੀ ਉਮਰ ਹੈ, ਉਹ ਬੋਲਿਆ। ਇਸ ਇਲਾਕੇ 'ਚ ਜਿਹੜੇ ਚਰਚ ਨੇ ਉਹ ਸਾਰੇ ਨਵੇਂ ਬਣੇ ਲੱਗਦੇ ਨੇ, ਮਤਲਬ ਇਹੋ 5-10 ਸਾਲ ਪੁਰਾਣੇ। ਹਾਂ, ਤੁਸੀਂ ਠੀਕ ਕਹਿੰਦੇ ਹੋ ਜੀ, ਪਰ ਕਿਉਂ ਪੁੱਛ ਰਹੇ ਹੋ? ਉਹਨੇ ਪੁੱਛਿਆ। ਕੁਛ ਨਹੀਂ, ਵੈਸੇ ਹੀ ਇੱਧਰੋਂ ਲੰਘ ਰਹੇ ਸੀ, ਪੁੱਛ ਲਿਆ, ਜੋਤ ਬੋਲਿਆ। ਰਜ਼ਾਕ ਸਾਹਿਬ ਨੂੰ ਲੰਮਾ ਹੀ ਮੇਲ ਭੇਜਿਆ ਅਤੇ ਦੱਸਿਆ ਕਿ ਇੱਥੇ ਹਾਲਾਤ ਇਹ ਨੇ ਕਿ 3 ਦਿਨ ਇਸ ਇਲਾਕੇ ਦੀ ਧੂੜ ਫੱਕਦਿਆਂ ਹੋ ਗਏ ਨੇ, ਪਰ ਨਤੀਜਾ ਕੋਈ ਨਹੀਂ ਨਿਕਲਿਆ। ਬਲਕਿ ਮੈਨੂੰ ਲੱਗ ਰਿਹਾ ਕਿ ਪਿੰਡਾਂ 'ਚ ਸਾਡੇ ਜਾਣ ਦੀ ਖਬਰ ਫੈਲ ਰਹੀ ਹੈ ਅਤੇ ਸਾਰੇ ਲੋਕ ਬੜੇ ਕੌਨਸ਼ੀਅਸ ਹੋ ਗਏ ਨੇ, ਕੋਈ ਕੁਝ ਦੱਸਣ ਲਈ ਤਿਆਰ ਨਹੀਂ ਹੈ। ਇਸ ਈਮੇਲ ਦਾ ਜਵਾਬ ਆਇਆ ਤਾਂ ਮੈਂ ਆਪਣਾ ਸਿਰ ਫੜ ਕੇ ਬੈਠ ਗਈ। ਰਜ਼ਾਕ ਸਾਹਿਬ ਨੇ ਲਿਖਿਆ ਸੀ, ਇੰਨੀ ਛੇਤੀ ਫੈਸਲਾ ਨਾ ਕਰ, ਲੋਕ ਨਹੀਂ ਦੱਸ ਰਹੇ ਤਾਂ ਇਹਦਾ ਮਤਲਬ ਹੈ ਬੜੀ ਸ਼ਾਨਦਾਰ ਸਟੋਰੀ ਲੁਕੀ ਹੋਈ ਹੈ ਕਿਧਰੇ, ਤੂੰ ਇਹੋ ਸਟੋਰੀ ਲੱਭਣ ਗਈ ਹੈ, ਹਾਲੇ ਦਿਲ ਛੋਟਾ ਨਾ ਕਰ, ਕੋਸ਼ਿਸ਼ ਕਰਦੀ ਰਹੇ। ਆਲ ਦ ਬੈਸਟ, ਧੰਨਵਾਦ, ਚੱਲਦਾ।